ਸਾਡੇ ਜਥੇ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਭਾਈ ਦਲਵੀਰ ਸਿੰਘ ਜੀ ਇੱਕ ਬਹੁਤ ਨਾਮ ਰਸੀਏ ਸਿੰਘ ਬਹੁਤ ਨਾਮ ਰਸੀਏ ਕਈ ਗੱਲਾਂ ਐਸੇ ਵਜਨ ਸਟੇਜ ਤੋਂ ਹੋਣ ਤੇ ਜਿਨ੍ਹਾਂ ਨੇ ਕਿੰਤੂ ਪਰੰਤੂ ਕਰਨਾ ਤੇ ਕਰੀ ਜਾਣਾ ਕਈ ਸਾਲ ਉਹਨਾਂ ਧਰਤੀ ਤੇ ਬੈਠ ਕੇ ਜਾਂ ਲੰਮੇ ਪੀ ਕੇ ਆਰਾਮ ਹੀ ਨਹੀਂ ਕੀਤਾ ਬਹੁਤ ਜਾਗ ਕੀਤਾ ਬਹੁਤ ਜ਼ਿਆਦਾ ਜਦੋਂ ਮਹਾਂਪੁਰਸ਼ਾਂ ਨੇ ਲਿਆਂਦਾ ਉਦੋਂ ਨਸ਼ੇ ਦੀ ਹਾਲਤ ਵਿੱਚ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਟਰੱਕ ਚ ਪਾ ਕੇ ਲੈ ਦਿੱਤਾ ਇਸ਼ਨਾਨ ਕਰਵਾਇਆ ਰਾਤ ਦੇ ਕਮਰੇ ਚ ਆਰਾਮ ਕਰਵਾਇਆ ਸਵੇਰ ਉਠਾ ਕੇ ਸੰਤ ਕਹਿਣ ਲੱਗੇ ਦਲਵੀਰ ਸਿੰਘ ਕੋਈ ਕਸਰ ਤੇ ਨਹੀਂ ਰਹਿ ਗਈ ਕਹਿੰਦੇ ਜੀ ਕੋਈ ਨਹੀਂ ਅਤੇ ਜਿੰਨਾ ਜ਼ੋਰ ਉਸ ਪਾਸੇ ਲੈ ਉਹ ਦੂਸਰੇ ਪਾਸੇ ਲਾ ਦੇ ਰੱਬ ਵਾਲੇ ਪਾਸੇ ਲਾ ਦੇ ਮਹਾਂਪੁਰਖਾਂ ਨੇ ਆਪ ਜਪੀ ਸਾਹਿਬ ਦੀ ਸੰਥਿਆ ਕਰਵਾਈ ਸੰਥਿਆ ਤੋਂ ਬਾਅਦ ਸੰਤ ਕਹਿਣ ਲੱਗੇ ਪੰਜ ਪਾਠ ਜਪੀ ਸਾਹਿਬ ਦੇ ਰੋਜ਼ ਕਰਨੇ ਤੇ ਨਾਲ ਸੰਥਿਆ ਕਰਿਆ ਕਰਨੀ ਕਹਿਣ ਲੱਗਾ ਜੀ ਨਸ਼ਾ ਜ਼ਿਆਦਾ ਵਰਤਣ ਕਰਕੇ ਰਾਤ ਨੀਂਦ ਨਹੀਂ ਆਉਂਦੀ ਕਹਿਣ ਲੱਗੇ ਬੜੀ ਵਧੀਆ ਗੱਲ ਹੈ ਲੋਕ ਤਾਂ ਸਿਮਰਨ ਵਾਸਤੇ ਜਾਗਦੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਮਹਾਂਪੁਰਖਾਂ ਦਾ ਵਰ ਹੋ ਗਿਆ ਬਖਸ਼ੀ ਹੋ ਗਈ ਕਹਿਣ ਲੱਗੇ ਰਾਤ ਨੂੰ ਪਹਿਰਾ ਤੂੰ ਦੇਣਾ ਸਾਰੇ ਡੇਰ ਜਥੇ ਦੇ ਵਿੱਚ ਤੇ ਜਦੋਂ ਕਿਸੇ ਨੂੰ ਉਠਾਉਣਾ ਆਵਾਜ਼ ਮਾਰਨੀ ਤੇਰੀ ਡਿਊਟੀ ਆ ਸਾਢੇ ਤਿੰਨ ਵਜੇ ਸਾਰੇ ਸਿੰਘਾਂ ਨੂੰ ਉਠਾਇਆ ਕਰਨਾ ਤਿੰਨ ਸਾਢੇ ਤਿੰਨ ਉੱਠ ਕੇ ਇਸ਼ਨਾਨ ਕਰ ਇਹ ਡਿਊਟੀ ਹੋ ਗਈ ਕਈ ਵਾਰੀ ਕਿਸੇ ਨੇ ਗ੍ਰੰਥੀਆਂ ਸਿੰਘਾਂ ਨੇ ਰੋਣ ਲਾ ਕੇ ਆਉਣਾ ਬਾਹਰੋਂ ਸਿੰਘਾਂ ਨੇ ਆਉਣਾ ਸੰਤਾਂ ਨੂੰ ਸ਼ਿਕਾਇਤ ਕਰਨੀ ਸੰਤਾਂ ਦਾ ਬੜਾ ਵਧੀਆ ਇੰਨਾ ਢੰਗ ਤਰੀਕਾ ਸੀ ਇੰਨੀ ਮਿੱਠੀ ਆਵਾਜ਼ ਬੜੇ ਪਿਆਰ ਨਾਲ ਕਹਿਣਾ ਬਾਜ ਮਿਲ ਕੇ ਦਲਵੀਰ ਸਿੰਘ ਗੁਰੂ ਸਿੰਘ ਏਦਾਂ ਇਹਨੂੰ ਘੱਟ ਵਾ ਇੰਨੇ ਗੁੱਸੇ ਦੀ ਗੱਲ ਵੀ ਜਿਹੜੀ ਇੰਨੇ ਪਿਆਰ ਦੀ ਆਵਾਜ਼ ਦੇ ਵਿੱਚ ਬਾਜ ਮਿਲ ਕੇ ਦਲਵੀਰ ਸਿੰਘ ਤੁਹਾਡੀ ਸ਼ਿਕਾਇਤ ਆਈ ਆ ਹਾਂਜੀ ਹੁਕਮ ਕਰੋ ਗਲਤੀ ਤੇ ਹੋ ਜਾਂਦੀ ਸੰਸਾਰੀ ਜੀਵਿਆਂ ਦਸ ਵੀ ਸਿੰਘਾਂ ਜੀ ਮੈਨੂੰ ਪਹਿਲਾਂ ਠਾਰਤਾ ਮੈਂ ਤਾਂ ਬਾਰਾਂ ਕੁ ਵਜੇ ਆ ਕੇ ਸੁੱਤਾ ਸੀ ਇੱਕ ਵਜੇ ਸੁੱਤਾ ਸੀ ਨਹੀਂ ਸੀ ਠਾਉਣਾ ਚਾਹੀਦਾ ਦਲਵੀਰ ਸਿੰਘ ਤੂੰ ਬਹੁਤ ਗਲਤੀ ਕੀਤੀ ਤੇ ਇਸ ਗਲਤੀ ਦੀ ਤੈਨੂੰ ਸਜ਼ਾ ਇਹ ਮਿਲੇਗੀ ਅੱਗੇ ਕਿੰਨੇ ਪਾਠ ਕਰਨਾ ਜੇ ਅੱਗੇ ਮੈਂ ਦਸ ਪਾਠ ਕਰਦਾ ਤੂੰ ਅੱਜ ਤੋਂ ਵੀਹ ਕਰਿਆ ਕਰ ਜਪਜੀ ਸਾਹਿਬ ਦੇ ਪਾਠ ਚਲਦਿਆਂ ਚਲਦਿਆਂ ਭਾਈ ਦਲਵੀਰ ਸਿੰਘ ਨੇ ਦੱਸਿਆ ਉਹ ਗਿਣਤੀ ਜਿਹੜੀ ਸੀ 250 ਜਪਜੀ ਸਾਹਿਬ ਦੇ ਪਾਠ ਤੇ ਚਲੇ ਗਏ ਰੋਜ਼ਾਨਾ ਕਰਨੇ ਇਹ ਵੀ ਕਹਿਣ ਲੱਗੇ ਇੱਕ ਵਾਰੀ ਉਹਨਾਂ ਮੈਨੂੰ ਦੱਸਿਆ ਮੇਰੇ ਉਸਤਾਦ ਸਨ ਜਿੰਨੇ ਸਾਡੇ ਜਥੇ ਦੇ ਨਾਮ ਪਿਆ ਸੀ ਸਾਰੇ ਦੇ ਉਸਤਾਦ ਭਾਈ ਦਲਵੀਰ ਸਿੰਘ ਸਨ ਇੱਕ ਮੇਰੇ ਇਕੱਲੇ ਦੀ ਗੱਲ ਸਾਰੇ ਬਾਬੇ ਸੰਤ ਠਾਕੁਰ ਸੋਹਰੇ ਕਥਾ ਕਰਦੇ ਨੇ ਇਹਨਾਂ ਦੇ ਉਸਤਾਦ ਵੀ ਉਹ ਸਨ ਸੋ ਉਹਨਾਂ ਨੇ ਕਹਿੰਦੇ ਕਿ 400 ਜਪਜੀ ਸਾਹਿਬ ਦੇ ਪਾਠ ਤੱਕ ਵੀ ਪਾਠ ਕਰ ਲੈਂਦਾ ਰਿਹਾ ਸੋ ਇੱਕ ਵਾਰੀ ਪੂਨੇ ਤੋਂ ਇੱਕ ਡਾਕਟਰ ਜੋੜਾ ਆਇਆ ਦੋ ਡਾਕਟਰ ਤੇ ਦੋ ਬੀਬੀਆਂ ਚਾਰੇ ਡਾਕਟਰ ਸਨ ਸੰਤਾਂ ਨੂੰ ਆ ਕੇ ਬੇਨਤੀ ਕੀਤੀ ਸਮਾਂ ਸੰਤ ਬਾਬੇ ਜਰਨੈਲ ਸਿੰਘ ਜੀ ਦਾ ਆ ਗਿਆ ਕਹਿਣ ਲੱਗੇ ਜੀ ਅਸੀਂ ਅੰਮ੍ਰਿਤ ਛਕਣਾ ਸੰਤ ਕਹਿਣ ਲੱਗੇ ਛਕੋ ਕਹਿੰਦੇ ਜੀ ਸਾਨੂੰ ਨਾਮ ਰਸੀਆ ਸਿੰਘ ਕੁਛ ਛਕਾ ਗਏ ਸੰਤ ਕਹਿਣ ਲੱਗੇ ਦਲਵੀਰ ਸਿੰਘ ਪੰਜਾਂ ਪਿਆਰਾਂ ਚ ਲੱਗ ਕੇ ਤੁਹਾਨੂੰ ਛਕਾਉਣਾ ਕਹਿੰਦੇ ਜੀ ਅਸੀਂ ਫਿਰ ਚਾਰੇ ਇਹਨਾਂ ਤੋਂ ਛਕਾਂਗੇ ਸੰਤ ਕਹਿਣ ਲੱਗੇ ਕੋਈ ਗੱਲ ਛਕਾਈ ਤੁਹਾਨੂੰ ਚਾਹੁੰ ਨੂੰ ਦਿੰਦੇ ਹਾਂ ਤੁਸੀਂ ਹੁਣੇ ਤਿਆਰ ਹੋ ਜਾਓ ਅੰਮ੍ਰਿਤ ਛਕਾਇਆ ਛਕਣ ਤੋਂ ਬਾਅਦ ਉਹਨਾਂ ਦੀ ਐਸੀ ਅਵਸਥਾ ਬਣੀ ਜਦੋਂ ਭਾਈ ਸਾਹਿਬ ਜੀ ਨੇ ਮੈਨੂੰ ਦੱਸਿਆ ਕਹਿਣ ਲੱਗੇ ਕਿ ਅੱਜ ਇਹਨਾਂ ਦੀ ਇਹ ਅਵਸਥਾ ਹੈ ਸ੍ਰੀ ਹਰਿਮੰਦਰ ਸਾਹਿਬ ਬੈਠ ਜਾਂਦੇ ਨੇ ਕੀਰਤਨ ਸਰਵਣ ਕਰਨ ਵਾਸਤੇ ਘੰਟਾ ਦੋ ਘੰਟੇ ਚਾਰ ਘੰਟੇ ਪੰਜ ਘੰਟੇ ਜਿੰਨਾ ਸਮਾਂ ਬੈਠਣ ਲਿਪ ਲੱਗੇ ਰਹਿੰਦੇ ਆ ਤੇ ਜਦੋਂ ਉੱਠ ਕੇ ਆਉਂਦੇ ਨੇ ਜੇ ਕਿਤੇ ਗੁੱਸੇ ਨੂੰ ਪ੍ਰਸ਼ਨ ਕਰੇ ਜੀ ਅੱਜ ਕੀ ਸੁਣਿਆ ਉਸੇ ਵੇਲੇ ਨੇਤਰ ਬੰਦ ਕਰਕੇ ਸਾਰੇ ਦਾ ਸਾਰਾ ਕੀਰਤਨ ਕੰਨਾਂ ਨੇ ਰਿਲੇ ਕਰ ਦਿੰਦੇ ਨੇ ਲਾਗੇ ਬੈਠ ਕੇ ਸੰਤਾਂ ਨੂੰ ਸੁਣਾ ਦਿੰਦੇ ਨੇ ਇੰਨੀ ਉੱਚੀ ਅਵਸਥਾ ਬਹੁਤ ਛੇਤੀ ਹੋਣਾ ਕੀਤੀ